चेते निकल आया माशाल्लाह ते इन्हां नूं बाहर कढ के पाईए दाणा पानी। ਇਹ ਬੱਚਾ ਸ਼ਾਮ ਦੇ 7 ਵਜੇ ਫੜਿਆ ਸੀ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦੇ ਹੋ ਖੈਰੀਅਤ ਨਾਲ ਹੋਗੇ। ਤੇ ਦੋਸਤੋ, ਅਸੀਂ ਆ ਗਏ ਹਾਂ ਘਰ। ਘਰ ਆ ਗਏ ਸਾਡੇ ਕਬੂਤਰ ਅੱਗੇ ਖੁੱਲ੍ਹੇ ਹੀ ਤੁਰੇ ਫਿਰਦੇ ਆ। ਕੋਈ ਇਹਨਾਂ ਨੂੰ ਪੁੱਛਣ ਦੱਸਣ ਵਾਲਾ ਨਹੀਂ ਕਿੱਥੇ ਫਿਰ ਰਹੇ ਹੋ ਕਿੱਥੇ ਨਹੀਂ। ਅਤੇ ਕਬੂਤਰ ਸਾਰੇ ਕੱਢੀਏ ਬਾਹਰ ਅਤੇ ਇਹਨਾਂ ਨੂੰ ਪਾਈਏ ਦਾਣਾ ਪਾਣੀ। ਅਤੇ ਦੇਖਦੇ ਹਾਂ ਕਿਹੜੇ ਕਿਹੜੇ ਕਬੂਤਰ ਹੈ ਅਤੇ ਕਿਹੜੇ ਨਹੀਂ ਹੈ। ਅੱਜ ਵੜਨ ਵੀ ਵਾਹਵਾ ਦਿਨਾਂ ਬਾਅਦ ਰਹੇ ਹਾਂ ਖੁੱਡੇ ਦੇ ਵਿੱਚ। ਮਾਸ਼ਾਅੱਲਾ ਸਾਰੀਆਂ ਭਾਈ ਅੱਗੇ ਆਓ, ਬੱਚੇ ਵੇਖੋ ਆਪਣੇ ਕਬੂਤਰਾਂ ਨੂੰ ਕੱਢੇ। ਆਓ ਜੀ, ਤੁਹਾਨੂੰ ਬੱਚੇ ਦਿਖਾਉਂਦੇ ਆ ਦਾਣਾ ਪਾਣੀ ਪਾਉਣ ਤੋਂ ਪਹਿਲੇ। ਐ ਵੇਖੋ ਜੀ, ਐ ਆਪਣੀ ਕਾਲ ਪੱਟੀ ਦੇ ਬੱਚੇ ਵੇਖੋ ਜੀ ਇੱਧਰ ਉੱਧਰ। ਮਾਸ਼ਾਅੱਲਾ ਜੀ, ਬੱਚਿਆਂ ਦੀ ਜੋੜੀ ਇੱਕ ਹੋਰ ਨਿਕਲੀ ਹੋਈ ਹੈ, ਇਹ ਵੀ ਵੇਖੋ। ਬੱਚੇ ਤਾਂ ਨਿਕਲ ਆਇਆ ਮਾਸ਼ਾਅੱਲਾ ਤੇ ਇਹਨਾਂ ਨੂੰ ਬਾਹਰ ਕੱਢ ਕੇ ਪਾਈਏ ਦਾਣਾ ਪਾਣੀ ਤਾਂ ਕਿ ਕੁਛ ਖਾ ਪੀ ਲੈਣ ਔਰ ਆਪਣੇ ਬੱਚਿਆਂ ਨੂੰ ਵੀ ਚੋਗਾ ਖਵਾ ਦੇਣ। ਇਹ ਛੱਡ ਦਿੱਤੇ ਜੀ ਬੱਚੇ ਉਸੇ ਉਸੇ ਜਗ੍ਹਾ 'ਤੇ। ਚਲੋ ਜੀ, ਕਬੂਤਰ ਬਾਹਰ ਕੱਢੀਏ ਸਾਰੇ। ਲਓ ਜੀ, ਕਬੂਤਰ ਬਾਹਰ ਕੱਢਣ ਤੋਂ ਪਹਿਲਾਂ ਉੱਤੇ ਤਿੰਨ ਕਬੂਤਰ ਫਿਰ ਰਹੇ ਆ, ਕਿਸੇ ਦੇ ਆਵਾਰਾ ਆਏ ਆ। ਇੱਧਰ ਨੂੰ ਮਾਰੋ ਜੀ, ਛੱਤ ਲਈ ਆਪਾਂ ਖੋਲ ਤੇ ਕਬੂਤਰ ਮੈਂ ਸਾਰੇ ਕੱਢਦਾ ਬਾਹਰ। ਅਗਰ ਕੋਈ ਆ ਨੂੰ ਆ ਗਿਆ ਤੇ ਫਿਰ ਜੇ ਦਿਖਾਉਂਦੇ ਆ। ਆਇਓ ਸਾਰੇ ਭਾਈ, ਕੱਢੀਏ ਸਾਰੇ ਬਾਹਰ। ਲਓ ਜੀ, ਇਹ ਸੀ ਆਪਣੇ ਸਿਰਫ ਇੱਕ ਖੁੱਡੇ ਦੇ ਕਬੂਤਰ ਤੇ ਮਾਸ਼ਾਅੱਲਾ ਕੋਈ 20-25 ਹੈ ਤੇ 20-25 ਹੈ ਖੁੱਡੇ ਦੇ ਵਿੱਚ ਵੀ ਹੈ, ਇਹਨਾਂ ਨੂੰ ਵੀ ਕੱਢੀਏ। ਚਲੋ ਜੀ, ਚਲੋ ਜੀ, ਇੱਧਰ ਥੱਲੇ 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 ਥੱਲੇ। ਇਹ ਨਾ ਬੱਚੇ ਨਵੇਂ ਨਿਕਲੇ ਆ ਤੇ ਇਹਨਾਂ ਨੂੰ ਹਾਲੇ ਨਾ ਉੱਡਣ ਦਾ ਨਹੀਂ ਪਤਾ ਹੈ। ਚਲੋ ਜੀ, ਚਲੋ ਜੀ, ਚਲੋ ਜੀ, ਤੁਸੀਂ ਵੀ ਬਾਰ 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 ਬਾਰ। ਇਹ ਵੱਡਾ ਨਾ ਰਹੇ ਜਿਹੜਾ ਕਬੂਤਰਾਂ ਨੂੰ ਚੋਗਾ ਵੀ। ਲੈਤੀ ਮਾਦੀ ਖੱਟੀਆਂ ਅੱਖਾਂ ਲਈ ਦੇਸੀ ਬੱਚਾ। ਸਾਰੇ ਅੰਦਰ ਆਓ, ਜ਼ਰਾ ਦਿਖਾਈਏ ਵਿਊਅਰਸ ਨੂੰ। ਲਓ ਜੀ ਵਿਊਅਰਸ, ਇਹ ਚੈੱਕ ਕਰੋ, ਇਹ ਆਪਣੇ ਢਾਂਗੀ ਵਾਲੇ ਬੱਚੇ। ਇਹ ਮਾਸ਼ਾਅੱਲਾ ਬੱਚਾ ਆਪਾਂ ਫੜਿਆ ਸੀ ਸ਼ਾਮ ਦੇ 7 ਵਜੇ। ਦਿਖਾਓ ਜੀ, ਇਹ ਬੱਚਾ ਸ਼ਾਮ ਦੇ 7 ਵਜੇ ਫੜਿਆ ਸੀ ਤੇ ਬੜਾ ਤਗੜਾ ਬੱਚਾ ਸੀ। ਲੇਕਿਨ ਜਦੋਂ ਫੜਿਆ ਸੀ ਨਾ ਉਦੋਂ ਡਿੱਗਣ ਡਿਆ ਸੀ, ਮਰਨ ਡਿਆ ਸੀ। ਆਪਾਂ ਲਾ ਲਿਆ, ਹੁਣ ਢਾਂਗੀ 'ਤੇ ਚਾੜ ਦੇਣਾ ਹੈ ਜਿੱਦਾਂ ਲੱਗ ਗਿਆ ਉਦੋਂ ਇਹਨੂੰ ਬਾਹਰ ਕੱਢ ਦੇਣਾ। ਇਹ ਵੇਖੋ ਜੀ, ਇਹ ਆਪਣਾ ਉਹ ਲਾਰੇ ਜਿਹੜਾ ਦੁਸਰ 'ਚ ਗਿਆ ਸੀ। ਇਹ ਜੀ ਇੱਕ ਮੋਰ ਲੱਗੀ ਹੈ ਅਤੇ ਇੱਥੇ ਇਹਦੇ ਦੂਸਰੀ ਮੋਰ ਵੀ ਲੱਗੀ ਹੋਣੀ। ਦੋ ਮੋਰਾਂ ਲੱਗੀਆਂ ਜੀ ਇਸ ਨਰ ਨੂੰ ਅਤੇ ਇਹਨੂੰ ਵੀ ਹੁਣ ਆਪਾਂ ਕੱਟ ਦਿੱਤਾ ਆਂਡੇ ਬੱਚਿਆਂ 'ਚ ਅੱਗੇ ਪਾ ਲੈਣਾ ਹੈ। ਲਓ ਜੀ, ਇਸ ਨਰ ਨੂੰ ਵੀ ਆਪਾਂ ਕੱਟ ਲਿਆ, ਇਹਨੂੰ ਵੀ ਗਾਂ ਹੁਣ ਆਂਡੇ ਬੱਚਿਆਂ 'ਚ ਪਾਉਣਾ ਹੈ ਅਤੇ ਛੱਡਦੇ ਹਾਂ ਅਤੇ ਆਇਓ ਹੁਣ ਕਬੂਤਰਾਂ ਨੂੰ ਪਾਈਏ ਦਾਣਾ। ਚਲੋ ਜੀ, ਕਬੂਤਰਾਂ ਨੂੰ ਬਾਹਰ ਕੱਢਣ ਤੋਂ ਪਾਈਏ ਦਾਣਾ ਪਾਣੀ। ਹੈ ਮਿਕਸ ਦਾਣਾ। ਕਬੂਤਰ ਮੇਰੇ ਪਹਿਲੇ ਫਿਰ ਫਿਰ ਕੇ ਇੰਜ ਹੀ ਰੱਜੇ ਹੋਏ ਆ ਕਿਉਂਕਿ ਆਜ਼ਾਦ ਪੰਛੀ ਆ, ਇਹਨਾਂ ਨੂੰ ਬਾਹਰ ਕੱਢ ਦੇਈਦਾ ਆ, ਘੁੰਮਦੇ ਫਿਰਦੇ ਰਹਿੰਦੇ ਆ। ਦੋਸਤੋ, ਕਬੂਤਰ ਦੇ ਆਪਾਂ ਦਿੱਤੇ ਆ ਛੱਡ ਅਤੇ ਸਾਡੇ ਡੌਂਕੀ ਨੇ ਬੱਚਾ ਦਿੱਤਾ ਆ, ਆ ਜਾਓ ਜਾ ਕੇ ਉਹ ਦੇਖਦੇ ਆ। ਆ ਜਾਓ ਵੇਖਦੇ ਆ ਕਿ ਇਹ ਕਿੰਨਾ ਕੁ ਫਿਟ ਦੁਰੁਸਤ ਹੋ ਗਿਆ। ਸੈਰਲ ਭਾਈ, ਇਹਦੇ ਮੈਂ ਲਾਗੇ ਜਾਣਾ, ਇਹਨੇ ਵੇਖੀ ਨੱਸ ਜਾਣਾ। ਆਓ ਸਰ, ਦੇਖੋ ਨਾ ਕਿ ਆਪਣੀ ਮਾਂ ਕੋਲ ਚਲਾ ਗਿਆ ਤੇ ਉਹਦੀ ਮਾਂ ਅੱਗੇ ਵੱਢਦੀ ਆ ਉਹਨੂੰ ਕੋਈ ਛੇਈਏ ਤੇ।
ਉਹਦੀ ਮਾਮਾ ਨੂੰ ਬਿਲਕੁਲ ਨਹੀਂ ਪਸੰਦ ਆਇਆ ਕਿ ਅਸੀਂ ਉਹਦੇ ਲਾਗੇ ਚਲ ਜਾਈਏ, ਉਹਦੇ ਲਾਗੇ ਜਾਈਏ ਤਾਂ ਭਾਈ ਉਹ ਸਾਨੂੰ ਮਾਰਨ ਪੈਂਦੀ ਹੈ, ਇਸ ਤੋਂ ਅਸੀਂ ਉਹਦੇ ਲਾਗੇ ਨਹੀਂ ਜਾ ਸਕਦੇ। ਲਓ ਜੀ ਤੁਸੀਂ ਸਾਡਾ ਡੌਸੀ ਦੇਵੀ ਤਾਂ ਦੇਖ ਲਿਆ, ਅਸੀਂ ਇਹਦੇ ਲਾਗੇ ਨਹੀਂ ਜਾ ਸਕਦੇ ਕਿਉਂਕਿ ਇਹਦੀ ਮਾਮਾ ਨੂੰ ਬਿਲਕੁਲ ਨਹੀਂ ਪਸੰਦ ਹੈ, ਅਸੀਂ ਇਹਦੇ ਲਾਗੇ ਜਾਈਏ ਇਹਨੂੰ ਛੇੜੀਏ ਅਤੇ ਅੱਗੇ ਉਹ ਪੈ ਜਾਂਦੀ ਹੈ, ਸਮਝਦੇ ਹੋ ਨਾ। ਫਿਰ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਥੋੜ੍ਹਾ ਜਿਹਾ ਲਾਗੇ ਜਾ ਕੇ। ਥੋੜ੍ਹੀ ਫਸ ਗਿਆ ਅਤੇ ਆਇਓ ਆਪਾਂ ਚੱਲਦੇ ਹਾਂ ਵਾਪਸ ਆਪਣੇ ਜਾਨਵਰਾਂ ਦੀ ਤਰਫ, ਕਬੂਤਰਾਂ ਦੀ ਤਰਫ। ਸਾਧ ਭੱਟੀ ਦੇ ਜਾਨਵਰ ਵੱਲ ਮਾਰੋ ਜ਼ਰਾ, ਸਾਧ ਭੱਟੀ ਦੇ ਮਾਸ਼ਾਅੱਲਾ ਕਾਫੀ ਜਾਨਵਰ ਹੈ। ਅਤੇ ਆਇਓ ਆਪਾਂ ਆਪਣੀ ਹਵੇਲੀ ਚੱਲਦੇ ਹਾਂ, ਦੇਖਦੇ ਹਾਂ ਇਹਨਾਂ ਨੂੰ। ਲਓ ਜੀ ਇਹ ਕਬੂਤਰੀ ਹੈ ਜੌਨਸਰੀ, ਲੇਕਿਨ ਹੈ ਲਕਵੇ ਦੇ ਵਿੱਚ, ਕਹਿੰਦੇ ਲਕਵੇ ਵਾਲੇ ਉੱਡ ਨਹੀਂ ਸਕਦੇ। ਇਹ ਕਬੂਤਰੀ ਇੰਝ ਸਿੱਧੀ ਹੋ ਕੇ ਉੱਡਦੀ ਆ ਕਿ ਜਿਹਦਾ ਕੋਈ ਹਿਸਾਬ ਨਹੀਂ। ਅਤੇ ਆ ਜਾਓ ਤੁਹਾਨੂੰ ਉਡਾ ਕੇ ਦਿਖਾਉਂਦੇ ਹਾਂ। ਸਹੀ ਹੈ ਸਹਿਲ ਭਾਈ, ਮਾਰੋ ਜੀ ਇੱਧਰ, ਇਹ ਦੇਖੋ। ਇਹ ਕਬੂਤਰੀ ਪੁਰਾਣੇ ਲਕਵੇ ਦੇ ਵਿੱਚ ਜਿਹੜੀ ਕਿ ਉੱਡ ਨਹੀਂ ਸੀ ਸਕਦੀ, ਇਹਦਾ ਇਲਾਜ ਕੀਤਾ। ਇਹਦੇ ਇਸ ਜਗ੍ਹਾ 'ਤੇ ਨਾ ਥੋੜ੍ਹਾ ਜਿਹਾ ਖੂਨ ਜੰਮਿਆ ਸੀ, ਉਹ ਖੂਨ ਨੂੰ ਕੱਟ ਕੇ ਕੱਢ ਦਿੱਤਾ ਆਇਆ ਸੀ। ਕੱਢਣ ਤੋਂ ਬਾਅਦ ਕਬੂਤਰੀ ਸਾਡੀ ਦੀ ਧੌਣ ਫਿਰ ਬਿਲਕੁਲ ਸਿੱਧੀ ਹੋ ਗਈ ਹੈ। ਸ਼ੁਕਰ ਹੈ ਮਾਲਕ ਦਾ, ਆਂਡੇ ਸਾਡੇ ਸਾਹਮਣੇ ਫਿਰ ਰਹੀ ਹੈ। ਉਹ ਵੇਖੋ ਉਹ ਨਰ ਦੇ ਨਾਲ ਲੱਗੀ ਹੋਈ ਹੈ, ਉਹ ਚੰਗੀ ਭਲੀ ਫਿਰ ਰਹੀ ਹੈ। ਅਤੇ ਇਹ ਜਿਹੜਾ ਆਪਣਾ ਬਾਂਸ ਵਾਲਾ ਕਬੂਤਰ ਹੈ ਸਹਿਲ ਭਾਈ, ਇਹਦੇ ਅੰਦਰ ਰਜ਼ੂਮ ਕਰੋ। ਇਹ ਜਿਹੜਾ ਕਲ ਪੇਟੀ ਦੇ ਪਿੱਛੇ ਫਿਰ ਰਿਹਾ, ਇਹ ਆਪਣਾ ਬਾਂਸ ਵਾਲਾ ਕਬੂਤਰ, ਵੱਡਾ ਬੜਾ ਮਸ਼ਹੂਰ ਕਬੂਤਰ ਹੈ ਬਾਂਸ ਵਾਲਾ। ਉਸ ਤੋਂ ਬਾਅਦ ਉਹ ਜਿਹੜਾ ਬੈਠਾ ਹੈ ਕਿੱਲੇ ਦੇ ਉੱਤੇ, ਉਹਦੇ ਵੱਲ ਵੇਖੋ, ਉਹ ਹੈ ਆਪਣਾ ਕਬਰਸਤਾਨ ਵਾਲਾ ਕਬੂਤਰ। ਸਾਰਿਆਂ ਕਬੂਤਰਾਂ ਦੇ ਕੋਈ ਨਾ ਕੋਈ ਆਪਾਂ ਨਾਂ ਰੱਖੇ ਆ। ਇੱਧਰ ਮਾਰੋ ਸਾਰੇ ਭਾਈ, ਇਹ ਕਬੂਤਰ ਦੇਖੋ। ਇਹ ਅਸੀਂ ਦੋ ਕਬੂਤਰ ਦੇ ਕੇ ਕਿਸੇ ਬੰਦੇ ਨੂੰ, ਉਹਦੇ ਕੋਲ ਇੱਕ ਕਬੂਤਰ ਲਿਆ ਸੀ। ਇਹਦੀ ਅੱਖ ਦਿਖਾਓ ਜੀ, ਮਾਸ਼ਾਅੱਲਾ ਬੜਾ ਪਿਆਰਾ ਕਬੂਤਰ ਹੈ। ਹਾਰਡ ਜੇਟ ਦੀ ਗਰਮੀ ਦੇ ਵਿੱਚ ਇਹ ਸ਼ਾਮੀ 4:30 ਵਜੇ ਕਬੂਤਰ ਉਸ ਮੁੰਡੇ ਨੇ ਫੜਿਆ ਸੀ। ਅਤੇ ਉਸ ਮੁੰਡੇ ਕੋਲ ਮੈਂ ਖੁਦ ਗਿਆ ਉਹਨੂੰ, ਮੈਂ ਕਿਹਾ ਯਾਰ ਕਬੂਤਰ ਤਿੰਨ ਦੇਣਾ, ਕਹਿੰਦਾ ਕਿਹੜਾ ਕਬੂਤਰ, ਮੈਂ ਕਿਹਾ ਜਿਹੜਾ ਤੂੰ ਕਾਲਾ ਚੀਨਾ ਫੜਿਆ ਹੈ, ਕਹਿੰਦਾ ਯਾਰ ਨਹੀਂ। ਉਹਨੂੰ ਮੈਂ ਦੋ ਵਲੈਤੀ ਕਬੂਤਰ ਦਿੱਤੇ, ਮੈਂ ਕਿਹਾ ਮੇਰੇ ਕੋਲ ਦੋ ਵਲੈਤੀ ਕਬੂਤਰ ਲੈ ਲਾ, ਇਹ ਇੱਕ ਕਬੂਤਰ ਸਾਨੂੰ ਦੇ ਦੇ। ਇਹ ਮਾਸ਼ਾਅੱਲਾ ਇੰਝ ਲੱਗਦਾ ਕਿ ਸਾਡਾ ਕਬੂਤਰ ਸੀ ਝਾਂਜਰਾ ਵਾਲਾ, ਇਹ ਉਹਦੀ ਤਰ੍ਹਾਂ ਮੈਨੂੰ ਲੱਗਦਾ, ਜਿਵੇਂ ਕਿ ਰਾਜਾ ਮਹਾਰਾਜਾ ਦੀ ਨਸਲ ਤੋਂ ਨਹੀਂ ਹੁੰਦਾ। ਉਸ ਤੋਂ ਬਾਅਦ ਇਹਨੂੰ ਮੈਂ ਲਿਆ ਕੇ ਕੱਟ ਦਿੱਤਾ, ਆਂਡੇ ਬੱਚੇ ਜੀ ਪਾ ਲਿਆ। ਹੁਣ ਇਹਦੀ ਮਾਦੀ ਨੇ ਵੀ ਆਂਡੇ ਕੱਢੇ ਹੋਏ ਆ, ਕੁਛ ਦਿਨ ਤੱਕ ਬੱਚੇ ਦੇ ਦੇਗੀ। ਜਦੋਂ ਬੱਚੇ ਦੇਗੀ ਤੁਹਾਨੂੰ ਉਹ ਦਿਖਾਵਾਂਗੇ ਕਿ ਬੜੇ ਅੱਛੇ ਅਤੇ ਕਿਊਟ ਬੇਬੀ ਆ। ਤੁਹਾਨੂੰ ਪਤਾ ਹੀ ਹੈ, ਚਲੋ ਜੀ ਇਹਨਾਂ ਨੂੰ ਮੈਂ ਕਰਾਂ ਇੱਕ ਵਾਰੀ ਬੰਦ। ਚਲੋ ਜੀ ਖੁੱਡੇ 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 ਐਂ ਤਸਵੀਰ ਖਿੱਚੇ। ਲਓ ਦੋਸਤੋ ਕਬੂਤਰਾਂ ਨੇ ਦਾਣਾ ਪਾਣੀ ਲਿਆ ਖਾ, ਅਤੇ ਅਸੀਂ ਇਹਨਾਂ ਨੂੰ ਦਿੱਤਾ ਹੁਣ ਬੰਦ ਕਰ। ਅਤੇ ਦੋਸਤੋ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਰੋਜ਼ਾਨਾ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ। ਅਤੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਅੱਲਾ ਹਾਫਿਜ਼।